ਭਾਰਤੀ ਫੌਜ ਅਗਨੀਵੀਰਾਂ ਦੀ ਪライ ਲਈ ਵਚਨਬੱਧ ਐਮ ਰੱਖਿਆ ਮੰਤਰੀ ਦੀ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਤੇ ਜਾਰੀ ਇੱਕ ਬਿਆਨ ਜਿਸ ਦੀ ਪੁਸ਼ਟੀ ਕੀਤੀ ਗਈ ਹੈ ਇਸ ਦੇ ਨਾਲ ਹੀ ਭਾਰਤੀ ਫੌਜ ਦੇ ਅਗਨੀਵੀਰ ਅਜੇ ਕੁਮਾਰ ਨੇ ਮਿਲਨ ਵਾਲੇ ਪੱਤਿਆਂ ਬਾਰੇ ਸਪਸ਼ਟਿਕਰਨ ਜਾਰੀ ਕੀਤਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਚ ਫੌਜ ਨੇ ਕਿਹਾ ਕਿ ਕੁੱਲ ਬਕਾਇਆ ਰਾਸ਼ੀ ਚੋਂ 98 ਲੱਖ 39 ਹਜ਼ਾਰ ਰੁਪਏ ਅਗਨੀਵੀਰ ਅਜੇ ਦੇ ਪਰਿਵਾਰ ਨੂੰ ਦਿੱਤੇ ਜਾ ਚੁੱਕੇ ਨੇ ਉਸ ਵਿੱਚ ਕਿਹਾ ਗਿਆ ਹੈ ਕਿ ਅਗਨੀਵੀਰ ਯੋਜਨਾ ਦੇ ਉਪਬੰਦ ਅਨੁਸਾਰ ਐਕਸ ਗ੍ਰੇਸ਼ੀਆ ਰਾਸ਼ੀ ਜਿਹੜੀ ਤਕਰੀਬਨ 67 ਲੱਖ ਰੁਪਏ ਬਣਦੀ ਹੈ ਸਮੇਤ ਹੋਰ ਲਾਭ ਪुलिस ਤਸਦੀਕ ਤੋਂ ਤੁਰੰਤ ਬਾਅਦ ਅੰਤਿਮ ਖਾਤੇ ਦੀ ਨਿਪਟਾਰੀ ਤੇ ਅਦਾ ਕੀਤੀ ਜਾਣਗੇ કુલ ਰਕਮ ਲਗਭਗ 1 ਕਰੋੜ 65 ਲੱਖ ਰੁਪਏ ਹੋਵੇਗੀ ਫੌਜ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਪੱਤਿਆਂ ਦਾ ਭੁਗਤਾਨ ਅਗਨੀ ਵੀਰਾਂ ਸਮੇਤ ਹੋਰਾਂ ਨੂੰ ਛੇਤੀ ਤੋਂ ਛੇਤੀ ਦੇਣ ਲਈ ਯਤਨ ਕੀਤੇ ਜਾਂਦੇ ਨੇ ਭਾਰਤੀ ਫੌਜ ਦਾਇਰ ਸਪਸ਼ਟੀਕਰਨ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕੁਝ ਗੁੰਮਰਾਹਕੁੰਨ ਪੋਸਟਾਂ ਦੇ ਮੱਦੇ ਨਜ਼ਰ ਆਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਅਜੀਤ ਕੁਮਾਰ ਨੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਹੈ